ਆ ਇਹ ਦੱਸੋ ਜਿਹੜਾ 1 ਏਕੜ ਦੇ ਵਿੱਚੋਂ ਕੇਲਾ ਕਿੰਨਾ ਉਤਰ ਜਾਂਦਾ ਹੈ 200 ਤੋਂ 250 ਕੁਇੰਟਲ ਤੱਕ ਕੇਲਾ ਮਤਲਬ ਚੰਗੀ ਫਸਲ ਹੋਵੇ ਨਾ ਲੱਗਿਆ ਵਧੀਆ ਹੋਇਆ ਹਾਂਜੀ ਦੋ ਇਸ ਵਿੱਚ ਕਿਧਰ ਰੇਟ ਕਿੰਨਾ ਕੁ ਚੱਲ ਰਿਹਾ ਹੈ ਰੇਟ ਜੀ 13 ਤੋਂ ਲੈ ਕੇ 16 ਰੁਪਏ ਤੇ 17 ਵੀ ਤੱਕ ਹੈਗਾ ਠੀਕ ਹੈ ਹਾਂਜੀ ਹਾਂਜੀ ਤੇ ਜਾਨੀ ਐਵਰੇਜ ਮੰਨ ਕੇ ਚਲੀ 14 15 ਰੁਪਏ 100 ਨੂੰ ਕੁਇੰਟਲ ਹੋਈ ਹਾਂਜੀ ਹਾਂਜੀ 15 ਰੁਪਏ ਐਵਰੇਜ ਹੋ ਜੂਗੀ ਠੀਕ ਹੈ ਹਾਂਜੀ ਬਲਵੀਰ ਜੀ ਜਿਸ ਤਰ੍ਹਾਂ ਜਿਹੜੇ ਆਪਣੇ ਪੰਜਾਬ ਦਾ ਮੌਸਮ ਇਹਦੇ ਲਾਇਕ ਨਹੀਂ ਹੈਗਾ ਜ਼ਿਆਦਾਤਰ ਤੇ ਜਿਵੇਂ ਆਪਣੇ ਖੇਤ ਦੇ ਵਿੱਚ ਤੁਸੀਂ ਕਿੰਨੇ ਕਿਸਾਲਾਂ ਤੋਂ ਲਾ ਰਹੇ ਹੋ ਇਹ ਸਨ ਅਸੀਂ 17 ਤੋਂ ਸ਼ੁਰੂ ਕਰਿਆ ਤਾਂ ਜੀ ਬਹੁਤ ਵਧੀਆ ਸਾਹ ਜਿਹਨਾਂ ਮਿਹਨਤ ਕਰਕੇ ਜਣੀ ਕਾਮਯਾਬ ਕਰ ਰਿਹਾ ਹੈ ਸਾਨੂੰ ਪਤਾ ਤਾਂ ਹੈ ਨਹੀਂ ਤਾਂ ਇਹਦੇ ਬਾਰੇ ਵੀ ਕਿਵੇਂ ਹੁੰਦਾ ਸੀ ਫਿਰ ਪਹਿਲਾਂ ਜੁਪੀ ਲਾ ਰੌਂਡ ਉੱਥੋਂ ਸਾਰੀ ਜਾਣਕਾਰੀ ਇਕੱਠੀ ਕਰਕੇ ਫਿਰ ਹੌਲੀ ਹੌਲੀ ਪੌਣਾ ਤੇ ਜਾਣਕਾਰੀ ਲੈ ਕੇ ਤੇ ਕਾਮਯਾਬ ਹੋਇਆ ਜਿਹੜੇ ਬਲਵੀਰ ਸਿੰਘ ਮੰਨ ਲਓ ਕਿਸਾਨ ਵੀਰ ਤੁਹਾਨੂੰ ਵੇਖ ਕੇ ਲਾਉਣ ਵਾਸਤੇ ਵੀ ਉੱਥੇ ਸੁਕੋਣਗੇ ਕਿ ਚਲੋ ਆਪਾਂ ਲਾ ਲਈਏ ਤਾਂ ਉਹਨਾਂ ਨੂੰ ਕਿਹੜੇ ਮਹੀਨੇ 'ਚ ਇਹਨਾਂ ਨੂੰ ਲਾਉਣਾ ਚਾਹੀਦਾ ਇਹੀ 25 ਜੂਨ ਤੋਂ ਲੈ ਕੇ 15 ਜੁਲਾਈ ਤੱਕ ਇਹਦੇ 20 ਦਿਨ ਲਵਾਈ ਆ ਜੀ ਬਸ ਜੇ ਅੱਗੇ ਪਿੱਛੇ ਲਾਉਂਗੇ ਤਾਂ ਆਪਣੇ ਗਰਮੀ ਸਰਦੀ ਦਾ ਚੱਕਰ ਪੈਂਦਾ ਇੱਥੇ ਖੜਿਆ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਜਿੱਦਾਂ ਆਪਾਂ ਕੇਰਲਾ ਦੇ ਜਾਂ ਗੋਆ ਵਾਲੇ ਪਾਸੇ ਘੁੰਮ ਫਿਰ ਰਹੇ ਹੋਈਏ ਤੇ ਇਹ ਬਾਈ ਹੋਣੀ ਇਸ ਟਾਈਮ ਕਿਸਾਨ ਵੀਰ ਜਿਹੜੇ ਨੇ ਕੇਲਿਆਂ ਦੀ ਜਿਹੜੀ ਤੜਾਈ ਚੱਲ ਰਹੀ ਹੈ ਤੁਸੀਂ ਇਹ ਦੇਖ ਸਕਦੇ ਹੋ ਲਾਈਨਾਂ ਚ ਲਾ ਕੇ ਇਹਨਾਂ ਨੇ ਤੇ ਤਿਆਰ ਕੀ ਤਿਆਰੀ ਕੀਤੀ ਹੋਈ ਹੈ ਤੇ ਬਕਾਇਦਾ ਗੱਡੀ ਤਿਆਰ ਕਰ ਰਹੇ ਨੇ ਗੱਡੀ ਤਿਆਰ ਕਰਨ ਦਾ ਇਹਨਾਂ ਦਾ ਢੰਗ ਵੀ ਇਹਨਾਂ ਦੀ ਲੜਾਈ ਦਾ ਵੀ ਢੰਗ ਤੁਹਾਨੂੰ ਦੱਸਾਂਗੇ ਕਿੰਨੇ ਖੇਤ ਦੇ ਵਿੱਚ ਇਹਨਾਂ ਨੇ ਲਾਇਆ ਹੋਇਆ ਇੱਕ ਖੇਤ ਦੇ ਵਿੱਚ ਕਿੰਨੇ ਬੂਟੇ ਲੱਗਦੇ ਨੇ ਇਸ ਤੋਂ ਇਲਾਵਾ ਇੱਕ ਖੇਤ ਦੇ ਵਿੱਚ ਖਰਚਾ ਕਿੰਨਾ ਆ ਜਾਂਦਾ ਹੈ ਇਸ ਦੇ ਨਾਲ ਨਾਲ ਕਿਹੜੇ-ਕਿਹੜੇ ਗੱਲਾਂ ਦਾ ਧਿਆਨ ਰੱਖਣਾ ਪਵੇਗਾ ਕਿਸਾਨਾਂ ਨੂੰ ਇਹਨਾਂ ਤੋਂ ਫਾਇਦਾ ਕਿੰਨਾ ਹੋ ਸਕਦਾ ਹੈ ਤੇ ਇਹ ਕਿਹੜੇ ਏਰੀਏ 'ਚ ਹੋ ਸਕਦੇ ਨੇ ਤੇ ਕਿੱਥੇ ਕਿੱਥੇ ਮੰਡੀਕਰਨ ਕਰਦੇ ਨੇ ਬਾਈ ਬਲਵੀਰ ਸਿੰਘ ਹੁਣੀ ਨੇ ਜਿਨ੍ਹਾਂ ਦਾ ਇੱਕ ਖੇਤ ਹੈ ਬਹੁਤ ਹੀ ਮਿਹਨਤੀ ਨੇ ਬਹੁਤ ਹੀ ਨੇਕਦਿਲ ਇਨਸਾਨ ਨੇ ਬਹੁਤ ਚੰਗੇ ਕਿਸਾਨ ਵੀਰ ਨੇ ਤੇ ਆਪਾਂ ਬਾਈ ਹੁਣੀ ਗੱਡੀ ਵੈਸੇ ਕੰਮ ਲੱਗੇ ਨੇ ਅਸੀਂ 2 ਮਿੰਟ ਇਹਨਾਂ ਨੂੰ ਰੋਕ ਰਹੇ ਆ ਤੇ ਬਲਵੀਰ ਸਿੰਘ ਜੀ ਜਿਹੜਾ ਤੁਸੀਂ ਇਹ ਲਾਦ ਲਦਾਈ ਦਾ ਕੰਮ ਕਰ ਰਹੇ ਹੋ ਪਹਿਲਾਂ ਤਾਂ ਇਹ ਹੀ ਦੱਸ ਦੋ ਵੀ ਇਹਨਾਂ ਦੀ ਤੜਾਈ ਜਿਹੜੀ ਹੈ ਕਿਹੜੇ ਮਹੀਨਿਆਂ ਚ ਹੁੰਦੀ ਹੈ ਤੜਾਈ ਜੀ ਸਤੰਬਰ ਤੋਂ ਨਵੰਬਰ ਤੱਕ ਚੱਲਦੀ ਹੈ ਜੀ ਠੀਕ ਹੈ ਸਤੰਬਰ ਤੋਂ ਨਵੰਬਰ ਤੱਕ ਇਹਦੀ ਤੜਾਈ ਚੱਲਦੀ 2 ਕੁ ਮਹੀਨੇ ਕਹਿ ਸਕਦੇ ਆ ਹਾਂਜੀ ਹਾਂਜੀ ਤੇ ਬਲਵੀਰ ਸਿੰਘ ਜੀ ਇਹਦੇ ਵਿੱਚ ਜਿਹੜੇ ਬੂਟੇ ਨੇ 1 ਏਕੜ ਚ ਕਿੰਨੇ ਲੱਗਦੇ ਨੇ ਤੇ ਜਿਹੜੇ ਬੂਟੇ ਨੇ ਉਹ ਤੁਸੀਂ ਕਿੱਥੋਂ ਪਨੀਰੀ ਲਿਆਉਂਦੇ ਹੋ ਬੂਟੇ 1 ਏਕੜ ਚ 1150 ਬੂਟਾ ਲੱਗਦਾ ਜੀ ਤੇ ਪਨੀਰੀ ਅਸੀਂ ਗਾਜ਼ੀਆਬਾਦ ਤੋਂ ਵੀ ਲਿਆਉਂਦੇ ਆ ਤੇ ਜਲগাঁও ਤੋਂ ਵੀ ਮੰਗਾ ਲੈਂਦੇ ਹਾਂ ਪਨੀਰੀ ਹਾਂ ਜੀ ਹਾਂ ਜੀ ਤੇ ਇਹਦੇ ਤੇ ਕਿੰਨਾ ਕੁ ਖਰਚਾ ਆ ਜਾਂਦਾ ਇੱਕ ਕਿੱਲੇ ਦੇ ਉੱਪਰ ਇੱਕ ਕਿੱਲੇ ਦੇ ਉੱਪਰ ਜੀ ਲਵਾਈ ਤੋਂ ਲੈ ਕੇ ਬੂਟਾ ਵਿੱਚ ਸਾਰਾ ਖਰਚਾ ਮੰਡੀ ਤੱਕ 50 ਤੋਂ 60000 ਰੁਪਏ ਆ ਜਾਂਦਾ ਜੀ ਤੇ ਇਸ ਦੇ ਨਾਲ ਨਾਲ ਜਿਵੇਂ ਕੋਈ ਨਹੀਂ ਤੁਸੀਂ ਫੜਾ ਦਿਓ ਇਹਨਾਂ ਨੂੰ ਕੋਈ ਗੱਲ ਨਹੀਂ ਤੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਅਸੀਂ ਤੁਹਾਡਾ 1 ਸੈਕਿੰਡ ਵੀ ਵਿੱਚ ਖਰਾਬ ਕਰੀਏ ਕਿਉਂਕਿ ਫਸਲ ਮੰਡੀ ਤੇ ਸਹੀ ਟਾਈਮ ਤੇ ਪਹੁੰਚ ਜੇ ਤੇ ਇਹ ਦੱਸ ਦਈਏ ਕਿ ਜਿਹੜੇ ਪੱਤੇ ਲਾ ਰਹੇ ਨੇ ਉਹਨਾਂ ਹੀ ਕੇਲਿਆਂ ਦੇ ਪੱਤੇ ਲਿਆ ਕੇ ਤੋੜ ਕੇ ਤਾਂ ਕਿ ਖਰੋਚ ਨਾ ਆਵੇ ਫਲ ਜਿਹੜਾ ਹੈ ਉਹ ਖੇਤ ਮੰਡੀ ਚੋਂ ਸਾਫ ਸੁਥਰਾ ਜਾਵੇ ਅੱਛਾ ਇਹ ਦੱਸੋ ਜਿਹੜਾ 1 ਏਕੜ ਦੇ ਵਿੱਚੋਂ ਕੇਲਾ ਕਿੰਨਾ ਉਤਰਿਆ ਜਾਂਦਾ ਹੈ 200 ਤੋਂ 250 ਕੁੰਟਲ ਤੱਕ ਗਿਲਾ ਮਤਲਬ ਚੰਗੀ ਫਸਲ ਹੋਵੇ ਨਾ ਲੱਗਿਆ ਵਧੀਆ ਹੋਇਆ ਹਾਂਜੀ ਦੋ ਰੇਟ ਜੀ 13 ਤੋਂ ਲੈ ਕੇ 16 ਰੁਪਏ 17-20 ਤੱਕ ਹੈਗਾ ਠੀਕ ਹੈ ਹਾਂਜੀ ਹਾਂਜੀ ਤੇ ਜਾਨੀ ਐਵਰੇਜ ਮੰਨ ਕੇ ਚਲੀ 14-15 ਰੁਪਏ 100 ਨੂੰ ਕੁੰਟਲ ਹੋਈ ਆ ਹਾਂਜੀ ਹਾਂਜੀ 15 ਰੁਪਏ ਐਵਰੇਜ ਹੋ ਜੂਗੀ ਠੀਕ ਹੈ ਹਾਂਜੀ ਬਲਵੀਰ ਜੀ ਜਿਸ ਤਰ੍ਹਾਂ ਜਿਹੜੇ ਆਪਣੇ ਪੰਜਾਬ ਦਾ ਮੌਸਮ ਇਹਦੇ ਲਾਇਕ ਨਹੀਂ ਹੈਗਾ ਜ਼ਿਆਦਾਤਰ ਤੇ ਜਿਵੇਂ ਆਪਣੇ ਖੇਤ ਦੇ ਵਿੱਚ ਤੁਸੀਂ ਕਿੰਨੇ ਕਿਸਾਲਾਂ ਤੋਂ ਲਾ ਰਹੇ ਹੋ ਇਹ ਸਨ ਅਸੀਂ 17 ਤੋਂ ਸ਼ੁਰੂ ਕਰਿਆ ਤਾਂ ਜੀ ਬਹੁਤ ਵਧੀਆ ਅਸਾਂ ਜੇ ਮਿਹਨਤ ਕਰਕੇ ਜਣੀ ਕਾਮਯਾਬ ਕਰ ਰਿਹਾ ਹੈ ਸਾਨੂੰ ਪਤਾ ਤਾਂ ਹੈ ਨਹੀਂ ਤਾਂ ਇਹਦੇ ਬਾਰੇ ਵੀ ਕਿਵੇਂ ਹੁੰਦਾ ਸੀ ਫਿਰ ਪਹਿਲਾਂ ਜੁਪੀ ਲਾ ਰੌਂਡ ਉੱਥੋਂ ਸਾਰੀ ਜਾਣਕਾਰੀ ਇਕੱਠੀ ਕਰਕੇ ਫਿਰ ਔਲੀ-ਔਲੀ ਪੌਨਾ ਤੇ ਜਾਣਕਾਰੀ ਲੈ ਕੇ ਤੇ ਕਾਮਯਾਬ ਹੋਇਆ ਜਿਹੜੇ ਬਲਵੀਰ ਸਿੰਘ ਮੰਨ ਲਓ ਕਿਸਾਨ ਵੀਰ ਤੁਹਾਨੂੰ ਵੇਖ ਕੇ ਲਾਉਣ ਵਾਸਤੇ ਵੀ ਉੱਥੇ ਸਕੋਣਗੇ ਕਿ ਚਲੋ ਆਪਾਂ ਲਾ ਲਈਏ ਤਾਂ ਉਹਨਾਂ ਨੂੰ ਕਿਹੜੇ ਮਹੀਨੇ 'ਚ ਇਹਨਾਂ ਨੂੰ ਲਾਉਣਾ ਚਾਹੀਦਾ ਇਹੀ 25 ਜੂਨ ਤੋਂ ਲੈ ਕੇ 15 ਜੁਲਾਈ ਤੱਕ ਇਹਦੇ 20 ਦਿਨ ਲਵਾਈ ਆ ਜੀ ਬਸ ਜੇ ਅੱਗੇ ਪਿੱਛੇ ਲਾਉਂਗੇ ਤਾਂ ਆਪਣੇ ਗਰਮੀ ਸਰਦੀ ਦਾ ਚੱਕਰ ਪੈਂਦਾ ਹੈ ਅੱਛਾ ਹਾਂ ਜੀ ਹਾਂ ਜੀ ਤੇ ਇਹਨਾਂ ਨੂੰ ਹੁਣ ਤੁਸੀਂ ਜੇ ਫਿਰ ਜਦੋਂ ਸਰਦੀ ਦੇ ਵਿੱਚ ਕੋਈ ਬਚਾਉਣ ਵਾਸਤੇ ਜਿਹੜੀ ਫਿਰ ਤੁਸੀਂ ਜੂਨ ਤੋਂ 15 ਜੁਲਾਈ ਤੱਕ ਲਾਉਂਦੇ ਹੋ ਉਹਨੂੰ ਲਾਉਣ ਵਾਸਤੇ ਫਿਰ ਤੁਸੀਂ ਹੁਣ ਤੋਂ ਉਹਨੂੰ ਕੋਈ ਸਰਦੀ ਜਦੋਂ ਬੂਟੇ ਵੱਡੇ ਹੋ ਥੋੜੇ ਥੋੜੇ ਹੋਣਗੇ ਫਿਰ ਉਦੋਂ ਕੋਈ ਬਚਾਉਣਾ ਪੈਂਦਾ ਜਾਂ ਚਲੇ ਜਾਂਦੇ ਨੇ ਨਹੀਂ ਜੀ ਕੁਛ ਨਹੀਂ ਕੋਈ ਲੋੜ ਨਹੀਂ ਇਹਨੂੰ ਬਚਾਉਣ ਦੇ ਲਾਉਣ ਤਾਂ ਤੋਂ 25 ਜੂਨ ਤੱਕ ਤੇ ਆਪਾਂ ਲਾਤਾ ਨਾ ਜਦੋਂ ਉਤੋਂ ਬਾਅਦ ਮਿਹਨਤ ਕਰਕੇ ਆਪਣਾ ਬੂਟਾ ਤਗੜਾ ਕਰਨਾ ਨਵੰਬਰ ਤੱਕ ਸੇਵਾ ਕਰਕੇ ਪੂਰੀ ਖਾਦ ਵਗੈਰਾ ਪਾ ਕੇ ਬੂਟਾ ਤਗੜਾ ਹੋ ਗਿਆ ਫੇਰ ਠੰਡ ਕੁਝ ਨਹੀਂ ਕਹਿੰਦੇ ਉਹਨੂੰ ਠੀਕ ਹੈ ਹਾਂਜੀ ਹਾਂਜੀ ਤੇ ਇਹਦੇ ਇੱਕ ਜਿਹੜੀਆਂ ਖਾਦ ਖੁਰਾਕ ਹੈ ਉਹ ਕਿੰਨੀ ਕੀ ਪਾਉਣਾ ਹੁੰਦਾ ਜੀ ਖਾਦ ਖੁਰਾਕ ਤਾਂ ਜੀ ਆਮ ਜੋ ਰੁਟੀਨ ਚ ਡੀਏਪੀ ਪੋਟਾਸ਼ ਜੂਰੀਆ ਤੇ ਰੂੜੀ ਖਾਦ ਪਹਿਲਾਂ ਲਾਉਣ ਤੋਂ ਪਹਿਲਾਂ ਪੈਂਦੀ ਆ ਉਹ ਹਾਂਜੀ ਬਾਕੀ ਜ਼ਫਰਿਆ ਐਨਪੀਕੇ ਵਗੈਰਾ ਹੋ ਜਾਂਦੀ ਹੈ ਤਾਕਤ ਵਾਸਤੇ ਇੱਕ ਤੁਸੀਂ ਜਦੋਂ ਆਪਾਂ ਪਈ ਪਿਛਲੀ ਵੀਡੀਓ ਬਣਾਈ ਸੀ ਇੰਟਰਵਿਊ ਕਰੀ ਸੀ ਉਦੋਂ ਆਪਾਂ ਗੋਭੀ ਲਾ ਰਹੇ ਸਾਂ ਜਦੋਂ ਨਵੀਂ ਪਨੀਰੀ ਲਾਈ ਹਾਂਜੀ ਇੱਕ ਫੋੜਾ ਤਾਂ ਆਪਾਂ ਪਹਿਲਾਂ ਜਦੋਂ ਦਵਾਈ ਕਰਦੇ ਆ ਇਹ ਇੱਕ ਬਦਲ ਛੋਟੀ ਲੈ ਸਕਦੇ ਆ ਸਬਜ਼ੀਆਂ ਦੀ ਕੋਈ ਵੀ ਸਬਜ਼ੀ ਛੋਟੀ ਲਾ ਸਕਦੇ ਆ ਆਪਾਂ ਇਹਦੇ ਚ ਹਾਂਜੀ ਗੋਭੀ ਲਾ ਦਾਂਦੇ ਪਿਆਜ਼ ਲਾ ਦੇ ਮਿਰਚ ਲਾ ਸਕਦੇ ਆ ਕੁਝ ਵੀ ਲਾ ਸਕਦੇ ਆ ਇੱਕ ਵਾਰੀ ਲੱਗਿਆ ਕਿੰਨੇ ਸਾਲੇ ਦਿੰਦਾ ਫਸਲ ਇਹ 3 ਸਾਲ ਚੱਲ ਜਾਂਦੀ ਲਗਭਗ ਹਾਂਜੀ ਹਾਂਜੀ ਫਿਰ ਵਾਕੇ ਦੁਬਾਰੇ ਲਾਉਂਦੇ ਹਾਂਜੀ ਹਾਂਜੀ ਜੇ ਆਪਾਂ ਜਿਆਦਾ ਟਾਈਮ ਰੱਖਦੇ ਆ ਤਾਂ ਫਿਰ ਫਲ ਦਾ ਫਰਕ ਪੈਣ ਲੈਂਦੇ ਛੋਟਾ ਹੋ ਜਾਂਦਾ ਫਲ ਠ ਤੇ ਇੱਕ ਬਲਵੀਰ ਸਿੰਘ ਜੀ ਆਪਾਂ ਤੁਹਾਡੇ ਨਾਲ ਤੁਹਾਡੇ ਖੇਤ ਚ ਸੈਣੀ ਬਨਾਣਾ ਫਾਰਮ ਤੇ ਆਪਾਂ ਗੱਲਬਾਤ ਕਰ ਰਹੇ ਆ ਇੱਕ ਹੋ ਗਿਆ ਫਲ ਵਾਲਾ ਜਿਹੜਾ ਕੇਲਾ ਹੈ ਦੂਜਾ ਤੁਸੀਂ ਸਬਜੀ ਵਾਸਤੇ ਵੀ ਲਾਉਂਦੇ ਜਿਹੜੇ ਸਬਜੀ ਭਾਜੀ ਲੋਕ ਬਣਾ ਲੈਂਦੇ ਨੇ ਉਹ ਕਿੰਨਾ ਕੁ ਲਾਇਆ ਉਹ ਸਬਜੀ ਵਾਲਾ ਜੀ ਲੱਗ ਵੈਰੈਟੀ ਆ ਉਹ ਮੋਟਾ ਹੁੰਦਾ ਜੀ ਗਿੱਲਾ ਉਹ ਤਿੰਨ ਤਿੰਨ 3 400 ਦੇ ਬੂਟੇ ਲਗਭਗ ਹੈਗੇ ਜੀ ਸਾਡੇ ਕੋਲ ਉਹ ਬੱਟਾਂ ਤੇ ਲਾਇਆ ਸਾਈਡਾਂ ਤੇ ਉਹ ਉਹ ਵੀ ਇਸ ਸਾਲ ਸਤੰਬਰ ਤੋਂ ਨਵੰਬਰ ਤਿੰਨ ਦੇ ਨੇ ਫਲ ਜਾਂ ਸਾਰਾ ਸਾਲ ਉਹ ਤਾਂ ਸਾਰਾ ਸਾਲ ਚੱਲ ਜਾਂਦਾ ਜੀ ਉਹਦਾ ਕੋਈ ਸਰਦੀ ਗਰਮੀ ਦਾ ਚੱਕਰ ਨਹੀਂ ਹੈਗਾ ਉਹਨਾਂ ਤੋਂ ਇਹਨਾਂ ਜਿੰਨੀ ਵੱਟਤ ਹੋ ਜਾਂਦੀ ਹੈ ਇਹ ਵੱਧ ਹੈ ਅ ਬੱਟਾ ਵੈਸੇ ਬਰਾਬਰ ਜੀ ਆ ਉਹ ਥੋੜਾ ਰਟੀਨ ਜਿਵੇਂ ਹੌਲੀ ਹੌਲੀ ਚੱਲਦਾ ਉਹਦਾ ਲੂੰਗਰ ਵੈਸੇ ਛੋਟਾ ਹੁੰਦਾ ਇਹਦੇ ਨਾਲੋਂ ਇਹ ਲੂੰਗਰ ਦਾ ਭਾਰ ਵੱਡਾ ਹੁੰਦਾ ਇਹਦਾ ਰੇਟ ਥੋੜਾ ਘਟਾ ਹੁੰਦਾ ਉਹਦਾ ਵੱਧ ਹੁੰਦਾ ਬਰਾਬਰ ਦੇ ਚੱਲੀ ਜਾਂਦਾ ਅੱਛਾ ਅੱਛਾ ਹਾਂ ਜੀ ਬਾਕੀ ਉਹਦੇ 'ਚ ਛੋਟੇ ਕਿਸਾਨੋ ਵੀ ਫਿਰ ਉਸ ਦਾ ਵੀ ਚਲੋ ਥੋੜੇ ਥੋੜੇ ਵਕਬੇ ਤੇ ਟੁੱਟਦੇ ਰਹਿੰਦੇ ਨੇ ਖਰਚਾ ਚੱਲੀ ਜਾਂਦਾ ਹਾਂ ਜੀ ਹਾਂ ਜੀ ਸਾਈਡਾਂ ਤੇ ਆਪਾਂ ਜਿਵੇਂ ਕੋਈ ਦਰਾਖਤ ਲਾਉਂਦੇ ਆ ਉਤਨਾ ਸਾਈਡਾਂ ਤੇ ਇਹਦਾ ਕੋਈ ਸ਼ੌਰਾ ਵੀ ਨਹੀਂ ਆਏ ਬਾਕੀ ਬੱਟਾ ਤਾਂ ਵਧੀਆ ਕੋਈ ਕਾਂਟ ਛਾਂਟ ਆ ਚਲੋ ਕਰਨੀ ਪੈਂਦੀ ਆ ਦੇਖ ਰਹੇ ਕਰਨੀ ਪੈਂਦੀ ਆ ਪਰ ਇਹਨਾਂ ਦਾ ਦੂਜੀ ਫਸਲ ਨੂੰ ਛੌਰੇ ਜੂਰੇ ਦਾ ਕੋਈ ਚੱਕਰ ਨਹੀਂ ਕੋਈ ਮਾਰ ਨਹੀਂ ਕਰਦਾ ਇਹ ਠੀਕ ਹੈ ਹਾਂਜੀ ਤੇ ਬਲਵੀਰ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਚਲੋ ਕੰਮ ਲੱਗੋ ਤੇ ਅਸੀਂ ਕੋਈ ਹੋਰ ਆਪਣੇ ਜਿਹੜੇ ਲੋਕ ਜੁੜੇ ਹੋਏ ਨੇ ਦਰਸ਼ਕ ਦੇਸ਼ਾਂ ਵਿਦੇਸ਼ਾਂ ਚ ਦੱਸ ਦਈਏ ਕਿ ਬਲਵੀਰ ਸਿੰਘ ਹੋਰਾਂ ਦੇ ਇੱਕ ਭਰਾ ਜਿਹੜੇ ਨੇ ਆਸਟ੍ਰੇਲੀਆ ਨੇ ਉਹ ਉੱਥੇ ਕੰਮਕਾਰ ਕਰਦੇ ਨੇ ਤੇ ਇਹ ਬਲਵੀਰ ਸਿੰਘ ਵੇਖ ਸਕਦੇ ਹੋ ਨੌਜਵਾਨ ਵੀਰ ਜਿਹੜਾ ਨਾਲ ਇਹਨਾਂ ਦੇ ਇੱਕ ਲੱਗਿਆ ਤੇ ਕੁੱਲ 3-4 ਕਾਮੇ ਨੇ ਜਿਹੜੇ ਇਸ ਖੇਤ ਦੇ ਵਿੱਚ ਕੰਮ ਕਰ ਰਹੇ ਨੇ ਤੇ ਜਿਹੜੀ ਤੜਾਈ ਹੈ ਉਸ ਨੂੰ ਸਹੀ ਟਾਈਮ ਤੇ ਤੋੜ ਕੇ ਇਹਨਾਂ ਨੂੰ ਕੇਲਿਆਂ ਨੂੰ ਉਸ ਤੋਂ ਬਾਅਦ ਚ ਮੰਡੀ ਦੇ ਵਿੱਚ ਪਚਾਉਣਾ ਤੇ ਪਹਿਲਾਂ ਇਹਨਾਂ ਦੀ ਸ਼ੁਰੂ ਦੇ ਵਿੱਚ ਠੰਡ ਦੇ ਵਿੱਚ ਇੱਕ ਇਹਨਾਂ ਨੂੰ ਸਮੱਸਿਆ ਆਈ ਸੀ ਜਦੋਂ ਅਸੀਂ ਪਿਛਲੀ ਇੰਟਰਵਿਊ ਕਰਨ ਆਏ ਸਾਂ ਤਾਂ ਉਹਦਾ ਨੁਕਸਾਨ ਹੋਏ ਔਰ ਅਸੀਂ ਬੂਟੇ ਖਰਾਬ ਹੋ ਰਹੇ ਸਨ ਤਾਂ ਇਹਨਾਂ ਨੇ ਬਹੁਤ ਸ਼ਾਂ ਕਰੀ ਉਸ ਦੇ ਵਿੱਚ ਬਾਸ ਗੱਡੇ ਬੜਾ ਖਰਚਾ ਇਹਨਾਂ ਦਾ ਵੱਧ ਗਿਆ ਸੀ ਪਰ ਹੁਣ ਕਿਉਂਕਿ ਜਦੋਂ ਤਜਰਬਾ ਹੋ ਜਾਂਦਾ ਬੰਦਾ ਫਿਰ ਕੋਈ ਨੁਕਸਾਨ ਦੀ ਗੁੰਜਾਇਸ਼ ਜਿਹੜੀ ਐ ਜਾਂ ਤਾਂ ਹੁੰਦੀ ਹੀ ਨਹੀਂ ਜਾਂ ਫਿਰ ਬਹੁਤ ਘੱਟ ਨੁਕਸਾਨ ਦੇ ਜਿਹੜੀ ਚਾਂਸ ਹੁੰਦੇ ਨੇ ਤੇ ਆਪਾਂ ਵੇਖ ਸਕਦੇ ਹਾਂ ਸਾਰੇ ਬੂਟੇ ਜਿਹੜੇ ਨੇ ਸਿਰੇ ਤੱਕ ਤੁਸੀਂ ਵੇਖਦੇ ਹੋ ਭਰੇ ਪਏ ਨੇ ਤੇ ਇਹ 2 ਤੋਂ 250 ਕੁਇੰਟਲ ਹੋ ਜਾਂਦਾ ਇੱਕ ਮੈਂ ਕੈਮਰਾਮੈਨ ਨੂੰ ਕਹਾਂਗਾ ਲਾਈਨ ਦੇ ਵਿੱਚ ਥੋੜਾੇ ਹੇਠਾਂ ਹੋ ਕੇ ਇੱਕੋ ਹੀ ਐਂਗਲ ਦੇ ਉੱਪਰੋਂ ਇੱਥੋਂ ਦਿਖਾ ਦਿਓ ਇਹ ਤੁਪਕਾ ਸਿੰਚਾਈ ਜਾਂ ਫੁਹਾਰਾ ਸਿੰਚਾਈ ਦੋਨੇ ਤਰ੍ਹਾਂ ਦੀ ਜਿਹੜੀਆਂ ਸਿੰਚਾਈਆਂ ਆਪਾਂ ਆਮ ਸੁਣਦੇ ਆਂ ਪਰ ਕੇਲਿਆਂ ਦੀ ਫਸਲ ਵਾਸਤੇ ਜਿਹੜੀ ਹੈ ਉਹ ਫੁਹਾਰਾ ਸਿਸਟਮ ਜਿਹੜਾ ਵਧੀਆ ਰਹਿੰਦਾ ਕਿਉਂਕਿ ਜਿਹੜੀ ਐਨਪੀਕੇ ਖਾਦਾਂ ਪਾਉਣੀਆਂ ਜਾਂ ਜਦੋਂ ਠੰਡ ਮੰਨਣ ਲੱਗਦੇ ਨੇ ਬੂਟੇ ਉਦੋਂ ਉਸ ਟਾਈਮ ਠੰਡ ਦੇ ਦੌਰਾਨ ਆਪਾਂ ਪਾਣੀ ਦੀ ਜਿਹੜੀ ਸਪਰੇ ਇੱਕ ਤਾਜੇ ਪਾਣੀ ਦੀ ਵੀ ਸਪਰੇ ਕਰਦੇ ਉਸ ਦਾ ਸਰਦੀ ਤੋਂ ਬੂਟਿਆਂ ਨੂੰ ਬਚਾਅ ਹੋ ਜਾਂਦਾ ਸੋ ਦੋਸਤੋ ਜੇਕਰ ਤੁਸੀਂ ਵੀ ਇੰਟਰਸਟਿਡ ਹੋ ਤੁਹਾਡਾ ਦਿਲ ਕਰਦਾ ਹੈ ਕਿ ਆਪਾਂ ਇਹ ਖੇਤੀ ਕਰੀਏ ਥੋੜੇ ਸਮੇਂ ਤੇ ਸ਼ੁਰੂ ਕਰੋ ਤੇ ਇਹ ਵਾਲੀ ਜਿਹੜੀ ਕੇਲਿਆਂ ਦੀ ਖੇਤੀ ਹੈ ਇਸ ਦੇ ਵਿੱਚ ਜੋ ਵੀ ਨਫੇ ਨੁਕਸਾਨ ਨੇ ਉਹ ਵੀ ਤੁਸੀਂ ਸੁਣ ਲੈਣੇ ਤੁਹਾਨੂੰ ਦੱਸ ਦਿੱਤਾ ਗਿਆ ਫੇਰ ਵੀ ਵਧੇਰੇ ਜਾਣਕਾਰੀ ਲੈਣੀ ਹੈ ਕਿਸਾਨ ਵੀਰ ਨਾਲ ਵੀ ਰਾਬਤਾ ਕਾਇਮ ਕਰ ਸਕਦੇ ਹੋ ਤੁਸੀਂ ਤੇ ਦੋਸਤੋ ਇਹ ਜਿਹੜੀ ਖੇਤੀ ਹੈ ਇਸ ਦੇ ਵਿੱਚ ਸਭ ਤੋਂ ਵਧੀਆ ਗੱਲ ਇਹ ਲੱਗੀ ਕਿ ਜਦੋਂ ਆਪਾਂ ਝੋਨੇ ਨੂੰ ਲਾਉਨੇ ਆ 25 ਜੂਨ ਤੋਂ 15 ਜੁਲਾਈ ਝੋਨੇ ਨੂੰ ਲਾਉਣ ਵਾਲੇ ਸਮੇਂ ਦੇ ਉੱਪਰ ਹੀ ਆਪਾਂ ਇਸ ਫਸਲ ਨੂੰ ਲਾਉਣਾ ਤੇ ਇਸ ਦੀ ਤੜਾਈ ਬੜੇ ਸ਼ਾਨਦਾਰ ਟਾਈਮ ਦੇ ਉੱਪਰ ਹੁੰਦੀ ਹੈ ਕਹ ਲਈਏ ਕਿ ਇੱਕ ਸਾਲ ਕੁ ਬਾਅਦ ਸਵਾ ਕੇ ਸਾਲ ਦੇ ਅਸਰ ਸੇ ਤੋਂ ਇਹ ਜਿਹੜਾ ਝਾੜ ਦੇਣਾ ਲੱਗ ਜਾਂਦਾ ਤੇ ਤਿੰਨ ਸਾਲੇ ਫਸਲ ਹੁੰਦੀ ਰਹਿੰਦੀ ਹੈ ਤੇ ਇੱਥੇ ਇੱਕ ਹੋਰ ਵੀ ਕਿਸਾਨ ਵੀਰ ਜਿਹੜੇ ਨੇ ਜਿਹੜੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਜਾਣਦੇ ਨੇ ਜਿਹੜੇ ਕਾਫੀ ਪੜ੍ਹੇ ਲਿਖੇ ਨੇ ਜਾਂ ਜਿਹੜੇ ਤਜਰਬੇਕਾਰ ਨੇ ਕੋਈ ਜ਼ਰੂਰੀ ਨਹੀਂ ਵੀ ਪੜੇ ਲਿਖੇ ਹੋਵੇ ਜ਼ਰੂਰੀ ਇਹ ਕੰਮ ਕਰ ਸਕਦਾ ਇੱਥੇ ਇੱਕ ਨੋਟ ਕਰਨ ਵਾਲੀ ਗੱਲ ਹੈ ਬਿਲਕੁਲ ਨੇੜੇ ਇੱਥੋਂ ਇਹਨਾਂ ਦੇ ਖੇਤ ਤੋਂ ਸੂਆ ਲੰਗ ਦਾ ਪਾਣੀ ਵਾਲਾ ਸੋ ਸਿਆਲ ਦੇ ਵਿੱਚ ਜਦੋਂ ਪਾਣੀ ਵਾਲੀ ਕੋਈ ਨਹਿਰ ਸੂਆ ਲੰਗ ਦਾ ਹੈ ਉਸਨ ਏਰੀਏ ਦੇ ਨੇੜੇ ਤੇੜੇ ਮੌਸਮ ਦਾ ਪੱਕਾ ਫਰਕ ਰਹਿੰਦਾ ਹੈ ਇਹ ਮੇਰਾ ਆਪਣਾ ਇੱਕ ਤਜਰਬਾ ਕੀਤਾ ਹੋਇਆ ਵੀ ਹੈ ਤੇ ਇਹਨਾਂ ਦਾ ਖੇਤ ਵੀ ਜਿਹੜਾ ਸੂਬੇ ਦੇ ਉਸ ਛੋਟੀ ਜਿਹੀ ਨਹਿਰ ਕਹਿ ਸਕਦੇ ਆ ਉਸ ਦੇ ਨੇੜੇ ਆ ਖੇਤ ਤੇ ਬਾਕੀ ਪਾਣੀ ਜਿਹੜਾ ਫੁਹਾਰਾ ਸਿਸਟਮ ਨਾਲ ਲਾਉਂਦੇ ਨੇ ਜਿੱਥੇ ਸਬਜ਼ੀ ਬਾਜੀ ਵਾਲੇ ਜਿਹੜੇ ਕੇਲੇ ਨੇ ਕਿਉਂਕਿ ਉਹ ਥੋੜੇ ਥੋੜੇ ਦਿਨਾਂ ਦੇ ਅਰਸੇ ਦੇ ਉੱਪਰ ਉਹਨਾਂ ਦੀ ਕਟਾਈ ਚੱਲਦੀ ਰਹਿੰਦੀ ਹੈ ਤੇ ਇਹ ਲਗਾਤਾਰ ਥੋੜੀ ਥੋੜੀ ਜਿਹੜਾ ਪੈਸਾ ਘਰਬਾਰ ਦੇ ਖਰਚੇ ਚਲਾਉਣ ਜੋਗਾ ਉਹ ਜਿਹੜੇ ਚੱਲਦਾ ਰਹਿੰਦਾ ਹੈ ਸੋ ਦੋਸਤੋ ਇਹ ਸੀ ਅੱਜ ਦੀ ਗੱਲਬਾਤ ਕੈਮਰਾਮੈਨ ਬਿੰਦਰ ਤੂਰ ਲਖਮੀਰ ਵਾਲਾ ਨਾਲ ਮੈਂ ਸੈਭ ਸਿੰਘ ਵਿਰਕ ਨਬਾ ਧੰਨਵਾਦ